अज तुसी देख रहे हो कि हुशियारपुर दे विच एक नवी पहल कीती गई है। बड़ी देर का सपना सी जो चंडीगढ़ देखी दा सी, पंचकूले देखी दा सी कि की ये साडे हुशियारपुर हो सकता है, क्योंकि जिहड़ा साडा हुशियारपुर है फिटनेस लई बड़ा जागरूक है। बड़े लोग बच्चियां साडियां सवेरे सवेरे मॉर्निंग वॉक साइकिलिंग इत्थे बहुत हुंदी है। ਅਸੀਂ ਸੋਚਦੇ ਸੀ ਕਿ ਗੌਰਮੈਂਟ ਵੱਲੋਂ ਕਿਉਂ ਨਾ ਸ਼ੁਰੂ ਕੀਤਾ ਜਾਵੇ, ਇਹ ਸਾਈਕਲ ਬੜੇ ਕੋਸਟਲੀ ਨੇ, ਹਰ ਵਿਅਕਤੀ ਇਹਨੂੰ ਨਹੀਂ ਲੈ ਸਕਦਾ, ਤਾਂ ਕਿਉਂ ਨਾ ਗੌਰਮੈਂਟ ਵੱਲੋਂ ਇਹਨੂੰ ਸ਼ੁਰੂ ਕੀਤਾ ਜਾਵੇ। ਉਹਦੇ ਲਈ ਅਸੀਂ ਤੰਦਰੁਸਤ ਪੰਜਾਬ ਮਿਸ਼ਨ ਦੇ ਅੰਡਰ ਇਹਨੂੰ ਸ਼ੁਰੂ ਕੀਤਾ, ਔਰ ਬਹੁਤ ਹੀ ਅੱਛਾ ਇਹਦਾ ਸਿਸਟਮ। ਇੱਥੇ 3 ਇਹਦੇ ਸਟੈਂਡ ਬਣਾਏ ਨੇ, GPS ਸਿਸਟਮ ਹੈ, ਐਪ ਲਗਾਇਆ ਗਿਆ ਕਿ ਕੋਈ ਵੀ ਜਿਹੜਾ ਹੈ ਮਤਲਬ ਜੋ ਸਾਈਕਲ ਚਲਾਉਣਾ ਚਾਹੁੰਦਾ ਉਹ ਐਪ ਦੇ ਵਿੱਚ ਡਾਊਨਲੋਡ ਕਰਕੇ ਜਿਹੜਾ ਰਜਿਸਟਰਡ ਹੈ ਇਹਨਾਂ ਦੇ ਨਾਲ ਉਹ ਆਪਣੀ ਸਾਈਕਲ ਲਿਜਾ ਸਕਦਾ ਹੈ ਅਤੇ ਸਾਈਕਲਿੰਗ ਕਰਕੇ ਦੁਬਾਰਾ ਖੜ੍ਹੀ ਕਰ ਸਕਦਾ ਹੈ। ਇੱਕ ਦਿੱਖ ਦੇਖੇ ਨਹੀਂ ਕਿ ਸਾਡਾ ਹੁਸ਼ਿਆਰਪੁਰ ਨੇ ਕਿੰਨੀ ਤਰੱਕੀ ਕੀਤੀ ਹੈ, ਸਾਡੇ ਹੁਸ਼ਿਆਰਪੁਰ ਨੇ ਬੱਚਿਆਂ ਵਾਸਤੇ ਕੀ ਕੀਤਾ, ਸਾਡੇ ਹੁਸ਼ਿਆਰਪੁਰ ਨੇ ਇੱਕ ਜਿਹੜਾ ਸੁੰਦਰਤਾ ਵਾਸਤੇ ਹੁਸ਼ਿਆਰਪੁਰ ਦੇ ਲਈ ਕੀ ਕੀਤਾ, ਸਪੋਰਟਸ ਵਾਸਤੇ ਹੁਸ਼ਿਆਰਪੁਰ ਲਈ ਕੀ ਕੀਤਾ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜਾ ਤੰਦਰੁਸਤ ਮਿਸ਼ਨ ਪੰਜਾਬ ਹੈ ਉਹਦੇ ਅੰਡਰ ਇਹਨੂੰ ਜਿਹੜਾ ਸ਼ੁਰੂ ਕੀਤਾ ਗਿਆ, ਔਰ ਮੈਂ ਸਮਝਦਾ ਕਿ ਸਾਡੇ ਹੁਸ਼ਿਆਰਪੁਰ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਉਹਨਾਂ ਸ਼੍ਰੇਣੀਆਂ 'ਚ ਆ ਗਏ ਹਾਂ ਜਿਹੜੇ ਮੈਟਰੋ ਸਿਟੀ ਦੇ ਅੰਡਰ ਇਹ ਚੀਜ਼ਾਂ ਹੁੰਦੀਆਂ ਸੀ, ਅੱਜ ਹੁਸ਼ਿਆਰਪੁਰ ਦੇ ਅੰਦਰ ਨੇ। ਮੇਰੇ ਲਈ ਔਰ ਹੁਸ਼ਿਆਰਪੁਰ ਵਾਸੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਪੂਰਾ ਇਹਨਾਂ ਦਾ, ਸਾਡੇ ਬਾਕੀ ਡਿਪਾਰਟਮੈਂਟ ਜਿਨ੍ਹਾਂ ਨੇ ਇਹਦੇ ਲਈ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਕਿੰਨੀ ਲਾਗਤ? 50 ਲੱਖ ਰੁਪਇਆ ਲੱਗਾ ਜੀ ਇਹਦਾ ਟੋਟਲ, 50 ਲੱਖ ਰੁਪਏ ਦੇ ਨਾਲ ਇਹ ਕਿੰਨੀ ਟੋਟਲ ਸਾਈਕਲ 50। ਹੁਸ਼ਿਆਰਪੁਰ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਹੁਸ਼ਿਆਰਪੁਰ ਸਮਾਰਟ ਬਾਈਕ ਜੋ ਇੱਕ ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਹੈ, ਉਸ ਦੀ ਅੱਜ ਅਸੀਂ ਮਾਨਯੋਗ ਇੰਡਸਟਰੀ ਮਿਨਿਸਟਰ ਜੀ ਵੱਲੋਂ ਸ਼ੁਰੂਆਤ ਕਰਵਾ ਰਹੇ ਹਾਂ। ਇਹ ਜੋ ਅਸੀਂ ਦੇਖਦੇ ਹਾਂ ਆਮ ਤੌਰ 'ਤੇ ਵੱਡੇ ਸ਼ਹਿਰਾਂ ਦੇ ਵਿੱਚ, ਕਿਉਂਕਿ ਉੱਥੇ ਸਾਈਕਲਿੰਗ ਦਾ ਰੁਝਾਨ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਇੱਕ ਬਾਈਕ ਸ਼ੇਅਰਿੰਗ ਸਿਸਟਮ ਸਟਾਰਟ ਕੀਤੇ ਗਏ ਨੇ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਬਾਈਕ ਸ਼ੇਅਰਿੰਗ ਸਿਸਟਮ ਜੋ ਅੱਜ 50 ਸਾਈਕਲਸ ਦੇ ਨਾਲ ਸਟਾਰਟ ਕੀਤਾ ਹੈ, ਅਤੇ 3 ਜਿਹੜੇ ਹੈ ਸਾਈਕਲਿੰਗ ਸ਼ੈਡਸ ਬਣਾਏ ਗਏ ਨੇ, ਅਤੇ ਇਹ ਐਪ ਦੇ ਦੁਆਰਾ ਕੋਈ ਵੀ ਇਸ ਜਿਹੜੇ ਸਾਈਕਲ ਨੂੰ ਰਾਈਡ ਲਈ ਹਾਇਰ ਕਰ ਸਕਦਾ ਹੈ। ਬਹੁਤ ਅੱਛੇ ਬਹੁਤ ਵਾਜਿਬ ਜਿਹੜੇ ਮੈਂਬਰਸ਼ਿਪ ਪਲਾਨਸ ਵੀ ਬਣਾਏ ਗਏ, ਜੇਕਰ ਕੋਈ ਸਾਲ ਲਈ ਮੈਂਬਰ ਬਣਨਾ ਚਾਹੁੰਦਾ ਹੈ, 6 ਮਹੀਨੇ ਲਈ ਮੈਂਬਰ ਬਣਨਾ ਚਾਹੁੰਦਾ, ਉਸਨੂੰ ਡਿਸਕਾਊਂਟ ਵੀ ਹੈ ਇਸ ਦੇ ਵਿੱਚ। ਹੁਸ਼ਿਆਰਪੁਰ 'ਚ ਆਲਰੇਡੀ ਬਹੁਤ ਸਾਈਕਲਿੰਗ ਲਈ ਰੁਝਾਨ ਹੈ, ਅਤੇ ਮੈਨੂੰ ਉਮੀਦ ਹੈ ਕਿ ਇਸ ਬਾਈਕ ਸ਼ੇਅਰਿੰਗ ਸਿਸਟਮ ਦੇ ਆਉਣ ਨਾਲ ਹੋਰ ਵੀ ਇਹ ਰੁਝਾਨ ਵਧੇਗਾ, ਅਤੇ ਅਸੀਂ ਰਿਸਪੋਂਸ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਹੋਰ ਵੀ ਸਾਈਕਲ ਇਸ ਸਿਸਟਮ ਦੇ ਵਿੱਚ ਐਡ ਕਰਾਂਗੇ। ਇਹ ਐਪ ਦੇ ਥਰੂ ਹੀ ਜੀ ਪੇ ਹੋਣਗੇ, ਇਹਦੇ ਵਿੱਚ ਕੋਈ ਕੈਸ਼ ਨਹੀਂ ਲਿਆ ਜਾਏਗਾ ਕਿਸੇ ਵੱਲੋਂ ਵੀ, ਕਾਰਪੋਰੇਸ਼ਨ ਇਹਨੂੰ ਮੇਨਟੇਨ ਕਰੇਗੀ, ਲੇਕਿਨ ਜੋ ਪੇਮੈਂਟ ਵਗੈਰਾ ਹੈ ਉਹ ਜਿੱਦਾਂ ਅੱਜ ਕੱਲ੍ਹ ਅਸੀਂ ਆਨਲਾਈਨ ਪੇਮੈਂਟ ਸਿਸਟਮਸ ਹੁੰਦੇ ਨੇ, ਪੇਮੈਂਟ ਪਲੈਟਫਾਰਮਸ ਹੁੰਦੇ, ਉਹਦੇ ਦੁਆਰਾ ਅਸੀਂ, ਤੁਸੀਂ ਦੇਖ ਰਹੇ ਹੋਗੇ ਅਸੀਂ ਹਰ ਸਾਈਕਲ ਸ਼ੈਡ ਦੇ ਉੱਤੇ CCTV ਕੈਮਰਾਜ਼ ਲਗਾਏ ਨੇ। ਇਸ ਤੋਂ ਇਲਾਵਾ 2 ਜਿਹੜੇ ਡੈਡੀਕੇਟਡ ਇੰਪਲੋਈਜ਼ ਕਾਰਪੋਰੇਸ਼ਨ ਵੱਲੋਂ ਹਾਇਰ ਕੀਤੇ ਗਏ ਨੇ, ਜਿਹੜੇ ਲਗਾਤਾਰ ਇੱਥੇ ਸ਼ੈਡਸ 'ਤੇ ਬੈਠਣਗੇ। ਇਸ ਤੋਂ ਇਲਾਵਾ ਹਰ ਸਾਈਕਲ ਦੇ ਉੱਤੇ GPS ਸਿਸਟਮ ਹੈ, ਸੋ ਸਾਈਕਲ ਜਿੱਥੇ ਵੀ ਜਾਏਗਾ ਸਾਡੇ ਕੋਲ ਉਹਦਾ ਇੱਕ ਟ੍ਰੇਲ ਜ਼ਰੂਰ ਰਹੇਗਾ ਕਿ ਸਾਈਕਲ ਇਸ ਟਾਈਮ ਕਿੱਥੇ। ਅੱਜ ਇਸ ਓਕੇਜ਼ਨ ਦਾ ਪਾਰਟ ਬਣ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ, ਔਰ ਮੈਨੂੰ ਲੱਗਦਾ ਕਿ ਸਾਡੇ ਕੈਬਨਿਟ ਮਿਨਿਸਟਰ ਜਿਹੜੇ ਹੈਗੇ ਆ ਹੈਲਥ ਓਰੀਐਂਟਡ ਆ, ਅਤੇ ਅਸੀਂ ਹੁਸ਼ਿਆਰਪੁਰ ਵਾਸੀ ਕਾਫੀ ਲੱਕੀ ਹਾਂ ਕਿ ਅਸੀਂ ਵੀ ਫਿਟਨੈਸ ਦੇ ਪ੍ਰਤੀ ਜਾਗਰੂਕ ਹੋ ਰਹੇ ਹਾਂ। ਅੱਜ ਤੁਸੀਂ ਦੇਖ ਰਹੇ ਹੋ ਕਿ ਇੰਨਾ ਭਾਰੀ ਇਕੱਠ ਜੋ ਹੈ ਲੋਕਾਂ ਦਾ, ਇਹ ਸਿਰਫ ਇਹੀ ਦਰਸਾਉਂਦਾ ਹੈ ਕਿ ਲੋਕ ਜੋ ਹੈ ਫਿਟਨੈਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਕਰੇਜ਼ ਹੋ ਰਿਹਾ ਲੋਕਾਂ ਵਿੱਚ। ਸੋ ਮੈਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਹਾਂ ਇਸ ਨੂੰ ਲੈ ਕੇ, ਅਤੇ ਮੈਂ ਥੈਂਕ ਕਰਦੀ ਹਾਂ ਆਪਣੇ ਕੈਬਨਿਟ ਮਿਨਿਸਟਰ ਔਰ ਮਿਸਟਰ CM ਦਾ ਕਿ ਉਹ ਹੁਸ਼ਿਆਰਪੁਰ ਨੂੰ ਇੱਕ ਸਮਾਰਟ ਸਿਟੀ ਬਣਾਉਣ 'ਚ ਕੋਈ ਵੀ ਕਸਰ ਨਹੀਂ ਛੱਡ ਰਹੇ।